ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢ ਕੇ ਇੱਥੇ ਪਹੁੰਚੇ ਵਰਕਰਾਂ ਦੀ ਹੌਸਲਾ ਅਫਜਾਈ ਕਰਨ ਲਈ। ਜਿਹੜੇ ਤੁਸੀਂ ਦਿਨ ਦੀ ਗੱਲ ਕਰੋ, ਅੱਜ ਤਾਂ ਵਿਆਹ ਵਰਗਾ ਮਾਹੌਲ ਹੈ, ਵਿਆਹ ਵਰਗਾ, ਇੰਨੀ ਖੁਸ਼ੀ ਹੋ ਰਹੀ ਹੈ ਜਿਹਨੂੰ ਇਹ ਵਰਣਨ ਨਹੀਂ ਕਰ ਸਕਦੇ, ਜੋ 3 ਮਹੀਨੇ ਦੇ ਦਿਲ 'ਚ ਰੱਖੇ ਹੋਏ ਸੀ ਅੱਜ ਉਹ ਸਾਡੀ ਖੁਸ਼ੀਆਂ ਜ਼ਾਹਰ ਹੋਈਆਂ ਨੇ। ਸੋ ਸਾਨੂੰ ਸਾਡੇ MLA ਸਾਹਿਬ ਅਤੇ ਜੋ ਹੁਣ ਮੰਤਰੀ ਬਣੇ ਨੇ, ਪੂਰਨ ਆਸ ਹੈ, ਇਹ ਇੱਕ ਸਨਾਮ ਦਾ ਮਾਨ ਤਾਂ ਹੈਗੀ ਨੇ, ਪੰਜਾਬ ਦਾ ਮਾਨ, ਕਿਉਂਕਿ ਇੰਨਾ ਇਮਾਨਦਾਰ ਅਤੇ ਇੰਨਾ ਪੜ੍ਹਿਆ ਲਿਖਿਆ, ਇੰਨਾ ਟੋਪਰ, ਜੋ ਅੰਕੜਿਆਂ ਸਹਿਤ ਹਰੇਕ ਚੀਜ਼ ਨੂੰ ਪੇਸ਼ ਕਰਦਾ, ਜੋ ਆਪੋਜੀਸ਼ਨ ਨੂੰ ਵੀ ਧੋ ਧੋ ਕੇ ਸਿੱਧਾ, ਜੇ ਕਿਉਂਕਿ ਸਹੀ ਗੱਲਾਂ 'ਚ ਸਾਨੂੰ ਬਹੁਤ ਮਾਨ ਹੈ। ਜਿਹੜੇ ਵੀ ਮਹਿਕਮੇ ਇਹਨਾਂ ਨੂੰ ਮਿਲਣਗੇ, ਉਹਨਾਂ ਨੂੰ ਬਾਖੂਬੀ ਨਿਭਾਉਣਗੇ, ਆਪਦੀ ਕਾਇਦ ਦਿਖਾ ਦੇਣਗੇ ਦੁਨੀਆ ਨੂੰ ਵੀ ਹਾਂ ਮਹਿਕਮਾ ਕਿਉਂ ਚੱਲੀਦਾ, ਕਿੱਦਾਂ ਚੱਲੀਦਾ। 75 ਸਾਲਾਂ ਦਾ ਗੰਧ ਧੋ ਕੇ ਰੱਖ ਦੇਣਗੇ, ਔਰ ਨਵੀਂ ਦਿੱਖ ਮਿਲੂਗੀ ਜਿਹੜੇ ਮਹਿਕਮੇ ਦੇ ਇਹਨਾਂ ਨੂੰ ਜ਼ਿੰਮੇਵਾਰੀ ਮਿਲੂ। ਇਹ ਸਾਡਾ ਪੂਰਾ ਯਕੀਨ ਹੈ, ਇਹ ਪੰਜਾਬ ਦੀਆਂ ਆਸਾਂ 'ਤੇ ਪੂਰਨ ਉਤਰਨਗੇ ਅਤੇ ਸਨਾਮ ਦਾ ਮਾਨ ਵਧਾਉਣਗੇ। ਸ਼ਹੀਦ ਊਧਮ ਸਿੰਘ ਧਰਤੀ ਦੇ ਵਾਰਸ, ਇਹਨਾਂ ਦਾ ਵੀ ਮਾਨ, ਮਹਾਨ ਸ਼ਹੀਦ ਊਧਮ ਸਿੰਘ ਦੀ ਧਰਤੀ ਹੈ, ਉਹਨਾਂ ਦਾ ਵੀ ਮਾਨ ਵਧਾਉਣਗੇ। ਸੋ ਦੇਖੋ ਕਰੋ, ਮਨਜੀਤ ਕਿੱਧਰ ਨੂੰ ਵਗ ਗਿਆ? ਅੱਛਾ, ਨੇੜੇ ਹੋ ਜਾਓ, ਨੇੜੇ ਨੇੜੇ ਹੋ ਜਾਓ, ਨੇੜੇ ਬਸ ਇੱਧਰ ਹੀ ਦੇਖੋ ਜੀ, ਇੱਕ ਮਿੰਟ ਬਾਈ, ਇੱਧਰ ਦੇਖੋ, ਬਸ ਠੀਕ ਹੈ। ਹੁਣ ਆਪਣਾ ਕੁਛ ਮਰਜ਼ੀ ਕਰੀ ਚੱਲਿਓ। ਆਮ ਆਦਮੀ ਪਾਰਟੀ ਜਿੰਦਾਬਾਦ।